केंद्र सरकार वालों अणऐलानी एमरजेंसी अते काले खेती कानूनों नूं रद्द करवाउण दे मंतव तहत संयुक्त किसान मोर्चे दे दित्ते सद्दे ते अज मोगा दे नेचर पार्क विखे भारतीय किसान यूनियन एकता उग्राहां ते जनतक जथेबंदियां वालों रोस रैली की गई। इस रैली नूं संबोधन करदिआं जिला प्रधान अमरजीत सिंह सैदोके, बलौर सिंह कलकलां, एडवोकेट रविंदर कौर, नछत्र सिंह हेरा अते होर आगुआं ने कहा कि पिछले 7 महीनों तो अपनियां हक्की मंगां अते काले खेती कानूनां नूं रद्द करवाउण लई किसानां वल्लों दिल्ली दीआं बरूहां ते धरना दित्ता जा रहा है, पर केंद्र दी गूंगी बोली सरकार वल्लों इस नूं अणगौलिया कीता जा रहा है अते देश दे राष्ट्रपति वी लोकां दी गल सुणन दी बजाए सरकार दीआं नीतियां ते चल रहे हन, जिस दे विरोध विच अज समुचे देश भर विच रोस प्रदर्शन करदिआं वख-वख सूबिआं दे राजपालां राहीं राष्ट्रपति नूं मंग पत्र भेजे जा रहे हन ता जो आवाज़ बुलंद करन वाले बुद्धिजीवियां पत्रकारां अते लेखकां नूं जिन्हां नूं जेलीं डक्किआ गया है उन्हां नूं रिहा करवाया जा सके। तकरीबन पूरे 7 महीने हो गया दिल्ली दीआं बरूहां ते बैठे किसान भरावां ते भैणां नूं और जो कई महीने पहला तो पंजाब के वक् वक् थावां ते धरने जारे चल रहे हैं। अज दे ही दिन इंदिरा गांधी वल्लों ऐलानिया एमरजेंसी लाई गई थी जिथे लोगों के जरूरी हकों का बहुत वड्डा भार किया गया थी। ऐसे ने हजारों लोगों को बिना कोई गल दस्या करके जेलों को बंद कर लिया। अज की मोदी सरकार भी इन्हें ऐलान तो नहीं किया एमरजेंसी का, पर ऐलानी एमरजेंसी लाई हुई है। बहुत सारे वो लोग जेड़े लोगों के हक में बोलते हैं, बुद्धिजीवी, विद्यार्थी, नौजवान, जज, समाज सेवी, बिना किसी गल तो फड़ के जेलों में डटे हुए ने। आई मोदी सरकार के 7 साल के समय दर्जना जे है पत्रकार दर्जना वो लोग जेड़े समय के हाकमों के खिलाफ बोलते थे मोदी सरकार ने उन्होंने गोलियां नाल शहीद कर दिया गया है। अज 500 उत्ते किसान जेड़े है वो शहीद हो चुके ने, पर मोदी सरकार के कन्ना से जो भी करती गई जिन्हें मगर 4,000 रुपया
ਜਿਹੜਾ ਅੱਜ ਸਾਡੇ ਵੱਲੋਂ ਇੱਥੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹ ਇੱਕ ਤਾਂ ਸਾਨੂੰ ਜਿਹੜਾ ਦਿੱਲੀ ਅੰਦੋਲਨ ਵਿੱਢਿਆ ਵਾ ਉਹਨੂੰ ਅੱਜ 7 ਮਹੀਨੇ ਪੂਰੇ ਹੋ ਚੁੱਕੇ ਆ ਕੱਲ ਨੂੰ ਅਸੀਂ 8ਵੇਂ ਮਹੀਨੇ 'ਚ ਦਾਖਲ ਹੋ ਜਾਣਾ ਦੂਜਾ 26 ਜੂਨ 1975 ਨੂੰ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਇਸ ਦਿਨ 'ਤੇ ਉਸ ਦਿਨ ਦੀ ਵੀ ਅੱਜ ਜਣਦੀ ਲੋਕਾਂ ਨੂੰ ਅਸੀਂ ਯਾਦ ਦਿਵਾਉਂਦੇ ਹਾਂ ਕਿ ਜਿਹੜੇ ਹੁਣ ਦੇ ਹਾਕਮ ਆ ਮੋਦੀ ਹਕੂਮਤ ਆ ਉਹਨਾਂ ਨੇ ਕਰੋਨਾ ਦੇ ਨਾਂ 'ਤੇ ਅਣਐਲਾਨੀ ਐਮਰਜੈਂਸੀ ਲਾਈ ਆ ਜਿਹਦਾ ਅਸੀਂ ਨਾਰਾ ਲਾ ਰਹੇ ਹਾਂ ਕਿ ਕਰੋਨਾ ਭਜਾਓ ਅਣਐਲਾਨੀ ਐਮਰਜੈਂਸੀ ਹਟਾਓ ਇਹ ਅੱਜ ਦਾ ਸਾਡਾ ਨਾਰਾ ਇਹਦੇ ਤਹਿਤ ਸੰਯੁਕਤ ਮੋਰਚੇ ਵੱਲੋਂ ਅਸੀਂ ਚੰਡੀਗੜ੍ਹ ਦੇ ਵਿੱਚ ਅੱਜ ਆਪਦਾ ਜਿਹੜਾ ਮੰਗ ਪੱਤਰ ਹੈ ਉਹ ਗਵਰਨਰ ਰਾਹੀਂ ਰਾਸ਼ਟਰਪਤੀ ਕੋਲ ਭੇਜ ਰਹੇ ਹਾਂ ਕਿ ਅੱਗੇ ਤਾਂ ਐਮਰਜੈਂਸੀ ਲਾਈ ਜਾਂਦੀ ਸੀ ਲੋਕਾਂ ਨੂੰ ਐਲਾਨ ਕਰਕੇ ਦੱਸਿਆ ਜਾਂਦਾ ਸੀ ਪਰ ਇੱਥੋਂ ਦੀ ਮੋਦੀ ਹਕੂਮਤ ਨੇ ਕੋਈ ਦੱਸਿਆ ਨਹੀਂ ਕਰੋਨਾ ਦੇ ਨਾਂ 'ਤੇ ਕੋਈ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਲਿਖ ਨਹੀਂ ਸਕਦਾ ਕੋਈ ਬੋਲ ਨਹੀਂ ਸਕਦਾ ਜੇ ਕੋਈ ਲਿਖਦਾ ਚਾਹੇ ਬੋਲਦਾ ਉਹਨਾਂ 'ਤੇ ਇਹਨਾਂ ਨੇ ਜਿਹੜਾ UAP ਦੀਆਂ ਧਾਰਾਂ ਲਾ ਕੇ ਦੇਸ਼ ਧਰੋਹੀ ਦੇ ਪਰਚੇ ਕਰਕੇ ਉਹਨਾਂ ਨੂੰ ਜੇਲ੍ਹ ਨਹੀਂ ਝਟਕਿਆ ਵਾ ਜਣਦੀ 19-20 ਦਾ ਇਹੋ ਜਿਹਾ ਜਿਹੜਾ ਹੁਣੇ ਸਾਡੇ ਬੁੱਧੀਜੀਵੀ ਆ ਜਿਹੜੇ ਉਹ ਜੇਲ੍ਹਾਂ 'ਚ ਤੁੰਨ 'ਤੇ ਜਿਨ੍ਹਾਂ ਨੇ ਇਕੱਲੀ ਇੱਕ ਲਿਖਣ ਵਾਲੀ ਲੜਾਈ ਨਹੀਂ ਲੜ ਰਹੇ ਉਹ ਅੰਦੋਲਨਾਂ ਦੇ ਵਿੱਚ ਆਦਿਵਾਸੀ ਲੋਕਾਂ ਦੇ ਨਾਲ ਮੂਹਰੇ ਲੱਗ ਕੇ ਆਪ ਉਸ ਅੰਦੋਲਨ ਦੀ ਅਗਵਾਈ ਕਰ ਰਹੇ ਆ ਜਣਦੀ ਇੱਕ ਬੁੱਧੀਜੀਵੀ ਜਿਹੜਾ ਉਹ 90% ਪਾਜ ਹੈ ਉਹ ਬਿਮਾਰ ਆ ਜੇਲ੍ਹ ਦੇ ਵਿੱਚ ਉਹਦਾ ਇਲਾਜ ਨਹੀਂ ਕਰਾ ਰਹੇ ਇੱਕ ਦੀ ਬੁੱਧੀਜੀਵੀ ਦੀ ਮਾਤਾ ਗੁਜ਼ਰ ਜਾਂਦੀ ਆ ਉਹਨੂੰ ਪਿਤਾ ਜੀ ਬਿਮਾਰ ਹੋ ਜਾਂਦੇ ਆ ਪਹਿਲਾਂ ਪਿਤਾ ਜੀ ਨੂੰ ਮਿਲਣ ਤੱਕ ਨਹੀਂ ਦਿੱਤਾ ਛੁੱਟੀ ਦਿੱਤੀ ਜਾਂਦੀ ਪਰ ਇੱਥੇ ਜੇ ਕੋਈ ਕਿਸੇ ਡੇਰੇ ਦਾ ਸਾਧ ਕਿਸੇ ਕ੍ਰਿਮੀਨਲ ਕੇਸ 'ਚ ਅੰਦਰ ਹੋ ਜਾਏ ਤਾਂ ਉਹਨੂੰ ਇੱਥੋਂ ਦੀਆਂ ਸਰਕਾਰਾਂ ਛੁੱਟੀ ਦੇ ਦਿੰਦੀਆਂ ਜੇ ਉਹਨੇ ਆਪਦੀ ਮਾਤਾ ਨੂੰ ਮਿਲਣਾ ਤਾਂ ਵੀ ਛੁੱਟੀ ਦੇ ਦਿੰਦੀਆਂ ਪਰ ਜਿਹੜਾ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਚਾਹੇ ਉਹਨਾਂ ਦੇ ਹੱਕਾਂ ਦੇ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਦਾ ਉਹਨਾਂ ਦੀ ਲੜਾਈ ਦੀ ਅਗਵਾਈ ਕਰਦਾ ਉਹਨਾਂ ਲੋਕਾਂ ਨੂੰ ਇਹ ਜਾਣਦੀ ਅਣਐਲਾਨੀ ਐਮਰਜੈਂਸੀ ਦੇ ਤਹਿਤ ਜੇਲ੍ਹਾਂ ਦੇ ਵਿੱਚ ਡੱਕੀ ਬੈਠੇ ਆ ਸਾਡੇ ਰਾਸ਼ਟਰਪਤੀ ਜੀ ਇੱਕ ਮੁੱਖ ਮੰਤਰੀ ਨੂੰ ਪੈਰੀ ਹੱਥ ਲਾਉਣ ਤੱਕ ਜਾ ਰਹੇ ਆ ਇਹਦੀਆਂ ਫੋਟੋਆਂ ਸਾਡੇ ਕੋਲ ਪ੍ਰੂਫ ਆ ਤੁਸੀਂ ਐਡੇ ਵੱਡੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਹੋ ਰਾਸ਼ਟਰਪਤੀ ਜੀ ਤੁਸੀਂ ਇੱਕ ਮਜ਼ਦੂਰ ਹੋਣ ਦੇ ਨਾਤੇ ਤੁਸੀਂ ਇੱਕ ਗਰੀਬ ਪਰਿਵਾਰ 'ਚ ਜੰਮੇ ਹੋਣ ਦੇ ਨਾਤੇ ਤੁਹਾਡਾ ਅੱਜ ਹੱਕ ਬਣਦਾ ਸੀ ਤੁਸੀਂ ਉਹਨਾਂ ਲੋਕਾਂ ਦੇ ਹੱਕ 'ਚ ਖੜਦੇ ਸਹੀ ਗੱਲ ਨੂੰ ਸਹੀ ਕਹੋ ਇਹ ਹੈ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਇਸ ਅਹੁਦੇ ਤੋਂ ਪਾਸੇ ਲਾਂਭੇ ਕਰ ਦਿਓ ਅਤੇ ਦੇਸ਼ ਨੂੰ ਸਹੀ ਸਲਾਮਤ ਚਲਾਓ ਦੇਖੋ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਜ ਆਪਾਂ ਨੂੰ ਪੂਰੇ 7 ਮਹੀਨੇ ਹੋ ਗਏ ਆ 26 ਜੂਨ ਨੂੰ ਇਸ ਕਿਸਾਨੀ ਸੰਘਰਸ਼ ਨੂੰ ਦਿੱਲੀ ਦੇ ਬਾਰਡਰਾਂ ਦੇ ਚੱਲਦੇ ਹੋਏ ਅਤੇ ਉਸਦੇ ਤਹਿਤ ਅੱਜ ਇਹ ਧਰਨਾ ਲਗਾਇਆ ਗਿਆ ਕਿ ਅੱਜ ਹਰ ਜਗ੍ਹਾ ਤੋਂ ਲੋਕ ਚੱਲ ਕੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਏਗਾ ਤਾਂ ਕਿ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਫਿਰ ਤੋਂ ਜਗਾਇਆ ਜਾ ਸਕੇ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਵਾਰੀ ਵਾਰੀ ਨਰਿੰਦਰ ਤੋਮਰ ਜੀ ਦੀ ਇੱਕੋ ਹੀ ਸਟੇਟਮੈਂਟ ਆ ਰਹੀ ਹੈ ਕਿ ਜੇ ਤੁਸੀਂ ਕਾਨੂੰਨ ਰਪੀਲ ਤਾਂ ਨਹੀਂ ਹੋਣਗੇ ਤੁਸੀਂ ਇਹਦਾ ਬਦਲਾਵ ਲੈ ਆਓ ਉਹ ਇੱਕੋ ਚੀਜ਼ 'ਤੇ ਅਟਕੇ ਹੋਏ ਆ ਔਰ ਸਾਡਾ ਫਾਰਮਰਸ ਦਾ ਸਿਰਫ ਇੱਕੋ ਇੱਕ ਕੰਸਰਨ ਹੈ ਕਿ ਅਸੀਂ ਸਿਰਫ ਔਰ ਸਿਰਫ ਇਹ ਕਾਨੂੰਨ ਰੱਦ ਹੀ ਕਰਵਾਉਣੇ ਆ ਰਪੀਲ ਹੀ ਕਰਵਾਉਣੇ ਆ ਕੋਈ ਬਦਲਾਵ ਨਹੀਂ ਹੈ ਸਾਡੇ ਕੋਲ ਅੱਜ ਉਸੇ ਤਹਿਤ ਅਸੀਂ ਫਿਰ 7 ਮਹੀਨੇ ਪੂਰੇ ਹੋਣ 'ਤੇ ਫਿਰ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਪੈਦਲ ਮਾਰਚ ਕਰਕੇ ਕਿ ਅਸੀਂ ਸਿਰਫ ਇਹ ਕਾਨੂੰਨ ਰੱਦ ਹੀ ਕਰਵਾਉਣਾ ਚਾਹੁੰਦੇ ਹਾਂ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਾਲ ਦੀ ਨਾਲ ਜਿਵੇਂ ਪੰਜਾਬ ਦੇ ਵਿੱਚ ਇਹ ਸਰਕਾਰਾਂ ਕਰ ਰਹੀਆਂ ਨੇ ਜੋ ਜਿਵੇਂ ਕਿ ਆਪਾਂ ਨੂੰ ਪਤਾ ਕਿ ਇਸ ਵਕਤ ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਹੈ ਲੇਕਿਨ ਸਾਡੀ ਪੰਜਾਬ ਸਰਕਾਰ ਅੱਜ ਥੋੜ੍ਹੇ ਦਿਨ ਪਹਿਲਾਂ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਕੁਝ ਆਪਣੇ ਚਹੇਤੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਦਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਚਰਮ ਸੀਮਾ 'ਤੇ ਹੈ ਪਰ ਇਹਨਾਂ ਦਾ ਉਹਨਾਂ ਵੱਲ ਕੋਈ ਧਿਆਨ ਨਹੀਂ ਹੈ ਨਾ ਹੀ ਇਹਨਾਂ ਦਾ ਜੋ ਇੱਕ ਸੰਘਰਸ਼ ਚੱਲ ਰਹੇ ਨੇ ਕਿਸਾਨਾਂ ਦੇ ਸੰਘਰਸ਼ ਚੱਲ ਰਹੇ ਨੇ ਇਸ ਵੱਲ ਕੋਈ ਧਿਆਨ ਹੈ ਇਹ ਸਿਰਫ ਔਰ ਸਿਰਫ ਆਪਣੇ ਕੁਝ ਚਹੇਤੇ ਲੋਕਾਂ ਨੂੰ ਖੁਸ਼ ਕਰਨ 'ਤੇ ਲੱਗੇ ਹੋਏ ਨੇ ਅਤੇ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਉਹਨਾਂ ਹੀ ਸਾਰੀਆਂ ਚੀਜ਼ਾਂ ਨੂੰ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਸੰਘਰਸ਼ ਦੇ ਲਈ ਕੱਲ੍ਹ ਵੀ ਖੜੇ ਸੀ ਅੱਜ ਵੀ ਖੜੇ ਹਾਂ ਅਤੇ ਅੱਗੇ ਵੀ ਖੜੇ ਰਹਾਂਗੇ ਜਿੰਨੇ ਦੇਰ ਤੱਕ ਇਹ ਕਾਨੂੰਨ ਰਪੀਲ ਨਹੀਂ ਹੁੰਦੇ ਸਾਡਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਇਹ ਜੀ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਇਹ ਸਾਰੀਆਂ ਮਿਲੀ ਭੁਗਤ ਦੇ ਨਾਲ ਕਾਰਪੋਰੇਟਾਂ ਦਾ ਵੱਡੀਆਂ ਕੰਪਨੀਆਂ ਦਾ
साथ दे के ते जिहड़ी आम जनता है किसान है मजदूर है किरती लोग है उन्हां दी लुट करन दे मनसूबे तहत सारियां दी रोटी खोण ते लगियां होईयां ते जिहड़ा कोई बोलदा इन्हां दे खिलाफ जां इन्हां दी जिहड़ी कारगुजारी है भैड़ी कारगुजारी है लोकतंत्र दे विच जिहड़ा भी उहनूं नंगा करदा है चाहे वह बुद्धिजीवी है चाहे पत्रकार है चाहे वकील है उन्हां दी जुबान बंद करन वास्ते उन्हां ते झूठे केस पा के अंदर डक्किया जांदा जेलां च ते ओह उत्थे बहुत ही नरक भरी जिंदगी भोग रहे आ बिना कारण सो इस करके इन्हां सरकारां ने लोकतंत्र दा घाण कीता ते अपने मनसूबे लोकां ते थोपण वास्ते लोकां दी आवाज़ नूं दबण वास्ते हर कोझा यतन कीता अणऐलानी एमरजेंसी लाई हुई है जिवें पहलां इंदिरा गांधी ने एमरजेंसी लाई सी वो शो सी एमरजेंसी लाई उन्होंने वह भी बहुत वड्डा विरोध होया सी पर हुण इन्होंने उदों वड्डी एमरजेंसी अणऐलानी एमरजेंसी लाई हुई है सारे साडे साथियों नूं आवाज़ बुलंद करन वालियां नूं झूठे केस पा के अंदर किया होया झूठे आ जिहड़े जबरी थोपे काले कानून है ये भी कारपोरेट घराणियां दी इन्हां दी पिट्ठ ते थापड़ा ते उन्हां नूं मुनाफे दवाउण वास्ते सारी जनता नूं रोड़ां ते बिठाया होया अंदोलन दे रूप दे विच ये सारा कुछ इन्हां दी सरकारां दी देण है असीं उन्हां दे खिलाफ़ डटे हुए हाँ ते आउण वाले दिनां च वड्डा संघर्ष करके असीं ये सारे जिहड़े इन्हां दे मनसूबे फेल करके किरती लोकां दी पुग तला राज लैके आवांगे।